ਉਡੀਕਣ ਲੱਗੇ। ਜਿਹੜਾ ਉਹਨਾਂ ਦਾ ਸਾਥੀ ਮੋਹ ਆਪਣੇ ਪਰਿਵਾਰ ਦੇ ਵਿੱਚ ਹੋਣੀ ਆਈ, ਉਸਦੇ ਸਵਾਸ ਖਤਮ ਹੋ ਗਏ ਸਨ। ਦੱਸਾਂ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਗੁਰਦੁਆਰਾ ਸਾਹਿਬ ਦੀ 9 ਮੰਜ਼ਿਲਾ ਇਮਾਰਤ ਦੇ ਦਰਸ਼ਨ ਵੀ ਕਰਾਵਾਂਗੇ, ਆਓ ਜੁੜੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਲੈ ਕੇ ਆਏ ਹਾਂ ਧੰਨ ਧੰਨ ਬਾਬਾ ਟਲ ਰਾਏ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ, ਜੋ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਬੈਕ ਸਾਈਡ 'ਤੇ ਸਾਈਡ 'ਤੇ ਹੀ ਹੈ। ਸੋ ਜਦੋਂ ਵੀ ਤੁਸੀਂ ਹਰਿਮੰਦਰ ਸਾਹਿਬ ਆਓ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰੋ। ਨਾਲ ਸਰੋਵਰ ਬਣਿਆ ਹੋਇਆ ਹੈ ਅਤੇ ਇਹ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਖੂਬਸੂਰਤ ਇਮਾਰਤ ਵੀ ਬਣੀ ਹੋਈ ਹੈ ਅਤੇ ਇਹਦਾ ਇਤਿਹਾਸ ਵੀ ਦੱਸਾਂਗੇ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਕਿਉਂਕਿ ਵੀਡੀਓ ਦੇ ਐਂਡ ਵਿੱਚ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਦੀ ਜਵਾਨੀ, ਬਾਬਾ ਜੀ ਦੀ ਜਵਾਨੀ ਤੁਹਾਨੂੰ ਪੂਰਾ ਇਤਿਹਾਸ ਸਰਵਣ ਕਰਾਵਾਂਗੇ। ਅਤੇ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਇਮਾਰਤ ਵਿਖਾਉਂਦੇ ਹਾਂ, ਜੋ ਕਿ ਬਹੁਤ ਹੀ ਪੁਰਾਣੀ, ਲਗਭਗ 100, 150 ਸਾਲ ਦੇ ਲਗਭਗ ਬਣੀ ਨੂੰ ਹੋ ਗਏ ਹਨ। ਸੋ ਉਹ ਇਮਾਰਤ ਦੇ ਪਹਿਲਾਂ ਦਰਸ਼ਨ ਕਰਾਉਂਦੇ ਹਾਂ ਅਤੇ ਫਿਰ ਤੁਹਾਨੂੰ ਗੁਰਦੁਆਰਾ ਦੇ ਇਤਿਹਾਸ ਦੇ ਨਾਲ ਵੀ ਜੋੜਾਂਗੇ। ਸੋ ਇਤਿਹਾਸ ਦੱਸਦੇ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਉਹ ਖਿਮਾ ਦੇ ਜਾਚਕ ਹਾਂ। ਅਤੇ ਨਾਲ ਸਮਾਧ ਨਵਾਬ ਜੱਸਾ ਸਿੰਘ ਸਾਹਿਬ ਦੀ ਬਣੀ ਹੋਈ ਆ, ਅਤੇ ਜੱਸਾ ਸਿੰਘ ਆਲੋਵਾਲੀਆ ਜੀ ਦੀ, ਅਤੇ ਪੂਰਾ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਹੈ। ਅਤੇ ਬਾਕੀ ਹੈੱਡ ਗ੍ਰੰਥੀ ਸਾਹਿਬ ਦੀ ਜਵਾਨੀ ਤੁਹਾਨੂੰ ਪੂਰਾ ਇਤਿਹਾਸ ਵੀ ਸੁਣਾਵਾਂਗੇ। ਅਤੇ ਬਹੁਤ ਹੀ ਖੂਬਸੂਰਤ ਅਤੇ ਬਹੁਤ ਸ਼ਾਂਤਮਈ ਮਾਹੌਲ, ਇਹ ਪੂਰੀ ਹਿਸਟਰੀ ਲਿਖੀ ਹੋਈ ਹੈ ਇਸ ਜਿਹੜੀ ਸਮਾਧ ਦੀ। ਅਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦੂਸਰੇ ਪਾਸੇ ਜੋ ਬਿਲਡਿੰਗ ਹੈ, 9 ਮੰਜ਼ਿਲਾ ਬਿਲਡਿੰਗ, ਜੋ ਕਿ ਬਿਨਾਂ ਸਰੀਏ ਦੇ ਡਾਟਾਂ ਦੇ ਸਹਾਰੇ ਹੀ ਖੜ੍ਹੀ ਹੋਈ ਹੈ, ਉਹ ਵੀ ਵਿਖਾਵਾਂਗੇ। ਇੱਧਰ ਵੀ ਗੁਰਦੁਆਰਾ ਸਾਹਿਬ ਅਤੇ ਇਹਦੀ ਪੂਰੀ ਜਾਣਕਾਰੀ, ਜਿਹੜੀ ਹੈੱਡ ਗ੍ਰੰਥੀ ਸਾਹਿਬ ਦੀ ਜਵਾਨੀ ਤੁਹਾਨੂੰ ਦੱਸਾਂਗੇ, ਕਿਉਂਕਿ ਕਈ ਵਾਰ ਇਤਿਹਾਸ ਦੱਸਦੇ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਅਤੇ ਉਹਨਾਂ ਦੀ ਜਵਾਨੀ ਪੂਰਾ ਇਤਿਹਾਸ ਤੁਹਾਨੂੰ ਸਰਵਣ ਕਰਾਵਾਂਗੇ। ਅਤੇ ਪਹਿਲਾਂ ਤੁਹਾਨੂੰ ਬਿਲਡਿੰਗ ਦੇ ਦ੍ਰਿਸ਼ ਵਿਖਾਉਂਦੇ ਹਾਂ, ਕਿਉਂਕਿ ਬਿਲਡਿੰਗ ਵੀ ਬਹੁਤ ਹੀ ਇਤਿਹਾਸਿਕ ਅਤੇ ਪੁਰਾਣੀ ਬਿਲਡਿੰਗ ਹੈ। ਇਹ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ, 9 ਮੰਜ਼ਿਲੀ ਬਿਲਡਿੰਗ ਹੈ ਅਤੇ ਬਿਨਾਂ ਸਰੀਏ ਦੇ ਡਾਟਾਂ ਦੇ ਸਹਾਰੇ ਬਣੀ ਹੋਈ ਹੈ। ਪੁਰਾਣੇ ਜਿਵੇਂ ਪੁਰਾਣੇ ਜ਼ਮਾਨੇ 'ਚ ਬਿਲਡਿੰਗਾਂ ਬਣਦੀਆਂ ਹੁੰਦੀਆਂ ਸਨ, ਅਤੇ ਹਜੇ ਤੀਕਰ ਵੀ ਉਸੇ ਮਜ਼ਬੂਤੀ ਨਾਲ ਕਾਇਮ ਹੈ ਇਹ। ਅਤੇ ਦੱਸ ਦਈਏ ਕਿ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਸਰਹਾਲੀ ਵਾਲੇ ਕਰ ਰਹੇ ਹਨ 2014 ਤੋਂ। ਅਤੇ ਬਹੁਤ ਹੀ ਖੂਬਸੂਰਤ ਇਮਾਰਤ ਹੈ ਅਤੇ ਬੜੀ ਮਿਹਨਤ ਦੇ ਨਾਲ ਕਾਰ ਸੇਵਾ ਕੀਤੀ ਜਾ ਰਹੀ ਹੈ ਅਤੇ ਬਿਲਡਿੰਗ ਨੂੰ ਦੁਬਾਰਾ ਰੈਨੋਵੇਟ ਕੀਤਾ ਜਾ ਰਿਹਾ ਹੈ। ਸੋ ਬਹੁਤ ਹੀ ਖੂਬਸੂਰਤ ਅਤੇ ਬਹੁਤ ਕਲਾਕ੍ਰਿਤੀਆਂ ਵੀ ਬਿਲਡਿੰਗ ਦੇ ਉੱਤੇ ਬਣੀਆਂ ਹੋਈਆਂ ਹਨ, ਜੋ ਬਹੁਤ ਪੁਰਾਣੀਆਂ ਹਨ। ਸੋ ਜਿੱਥੇ ਆਪਾਂ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਹਾਂ ਅਤੇ ਨਾਲ ਨਾਲ ਇਹ ਕਲਾਕ੍ਰਿਤੀਆਂ ਜੋ ਬਹੁਤ ਹੀ ਪੁਰਾਣੀਆਂ ਹਨ, ਇਹ ਵੀ ਵੇਖਣ ਯੋਗ ਹਨ। ਸੋ ਇਹ ਬਿਲਡਿੰਗ ਬਾਰੇ ਤਾਂ ਜਾਣਕਾਰੀ ਹੋ ਗਈ, ਅਤੇ ਹੁਣ ਤੁਹਾਨੂੰ ਸਾਂਝੀ ਕਰਦੇ ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੁਆਰਾ, ਕਿਉਂਕਿ ਬਿਲਡਿੰਗ ਬਾਰੇ ਜਾਣਕਾਰੀ ਤਾਂ ਮੈਨੂੰ ਜੋ ਸੀਗੀ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਦਿੱਤੀ, ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨਗੇ ਹੈੱਡ ਗ੍ਰੰਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ, ਬਾਬਾ ਟਲ ਰਾਏ ਸਾਹਿਬ ਜੀ। ਅਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣ ਲਈ ਮੇਰੇ ਨਾਲ ਸਿੰਘ ਸਾਹਿਬ ਆਏ ਆ, ਅਤੇ ਤੁਸੀਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਆਪਣਾ ਨਾਮ ਸੰਗਤਾਂ ਨੂੰ ਦੱਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਪਰਮਿੰਦਰ ਸਿੰਘ ਗ੍ਰੰਥੀ, ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਦਾਸ ਜਨਵਰੀ ਤੋਂ ਲੈ ਕੇ ਸੇਵਾ ਨਿਭਾ ਰਿਹਾ ਹੈ। ਇਸ ਪਾਵਨ ਸਥਾਨ ਦਾ ਇਤਿਹਾਸ ਇਹ ਹੈ, 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਾਲਕ ਜੀ ਦੇ 5 ਸਪੁੱਤਰ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਬਾਬਾ ਟਲ ਰਾਏ ਸਾਹਿਬ ਜੀ ਸਭ ਤੋਂ ਛੋਟੇ ਚੌਥੇ ਨੰਬਰ 'ਤੇ ਸਨ। ਬਾਬਾ ਜੀ ਦੀ
बाल अवस्था के जमें बाल खेडते हैं, खेडते खेडते उन्हों का एक संगी साथी जिसका नाम मोहन सी, उस दे परिवार दे विच उसकी वारी आई पई सी। तो परिवार दे विच अपने घर बचपन दे विच खेडते खेडते बाबा अटालदास साहब जी अपने साथी मोहन नूं उड़ीकन लगे, जिहड़ा उन्हां दा साथी मोहन अपने परिवार दे विच होनी आई उसके सवास खत्म हो गए सन। तो बाकियों को पुछण ते पता लगा कि मोहन नहीं आया, बाबा जी उसके घर चले गए। तो पुछया भी मोहन कित्थे आ, वो अपने सवास छड के शरीर उसे लूथ पाई हुई थी परिवार ने। तो बाबा जी ने कहा भी वारी देन दा मारा लम्मे पै गया, ये कोई सवास नहीं छड़े, ये जान के वारी देन दे मारे साढ़े को आया नहीं। उन्होंने बाबा जी ने सतगुरु साहब जी सपुत्र सन वचन किया, उठ मोहन अपनी वारी दे। इतों अटल जिन्हों का नाम ही अटल ही, उन्होंने वचन भी अटल सन, तो इन्ना वचन किया तो उठ मोहन वारी दे। वो मोहन उठ के खड़ा हो गया जी, वो अपनी वारी देन लगा। जब यह सारी प्रक्रिया साहब श्री गुरु हरगोबिंद साहब जी महाराज जी को पता लगी तो सतगुरु साहब जी आप आए और कह लगे भी ये प्रकृति के उल्ट है, ये जो किरिया है ठीक है, सतगुरु ने सानू करामातां बख्शियां ने, रहमतां बख्शियां ने, रूहानियत बख्शी है, पर प्रकृति के उल्ट नहीं चलना। हाँ जी, जिहड़ा भी प्रकृति के उल्ट चलिया वो सतगुरु साहब जी के खुशियां का पात्र नहीं। फिर सतगुरु साहब जी ने हुक्म किया कि जे तुसी प्रकृति के उल्ट चले हो पर हुण इन्हां दी जगह तुहानू शरीर छड्डना पवेगा। उस अस्थान पर उधर तुम घुमा के कैमरा देख सकते हो, उधर चिट्टी पालकी बनी है, उत्थे बाबा जी साहब बाबा अटालदास साहब जी ने शरीर छड्डिया। तो इस अंदर जो मेन स्थान है उत्थे बाबा जी का संस्कार होया है। ठीक है जी, हाँ जी, इधर बारहदरी गुरुद्वारा बारहदरी। ठीक है जी, गुरुद्वारा बारहदरी इस जगह पर गुरु हरगोबिंद साहब जी विराजे सन, तो अंतम क्रिया जो भी अंतम रस्मां ठीक है जी बाबा अटालदास जी संस्कार दी निभाई। ठीक ठीक है जी, बार दस। तो अज भी इस स्थान पर संगत आउंदियां हन, दर्शन स्नान करदियां, मूँह मंगियां मुरादां पाउंदियां ने। तो ये जो साहब श्री गुरु हरगोबिंद साहब जी महाराज जी ने बाबा अटालदास साहब जी के ना ते पांच बार बख्शे हैं, पहला बार है सारे शहर नाल उच्चा तेरा दरबार होवेगा, अमृतसर आए यात्रु की यात्रा तेरे दर से मथा टेकन से ही सफल होवेगी, तीजा बार है तेरे दर तो संगत मूँह मंगियां मुरादा पाउंगियां, तेरे दर तो लोड़वंद प्रशादा छकणगे, तैनू इस शहर का मुखी थापिया है जो अंतम समय तेरा ध्यान धरेगा तेरे चरणों में ही आएगा। अज भी इतने ऐसा ऐसा संगत अरदासा करवाउंदियां ने, तो फिर शुकराने भी करवाउंदियां ने, किसी की कैंसर ठीक होने की जो भी नाम मुराद बीमारियां कोई किसी तरह का भावनावान लैके आंदा तो सतगुरु साहब जी आप कृपा करते हैं, बाबा अटालदास साहब जी बख्शिशा करके रहमतां बरसाउंदे ने। वाहिगुरु जी का खालसा वाहिगुरू जी की फतेह। हाँ जी बाबा जी, एक जस्सा सिंह आलू वाले जी की समाधि जो उदे बारे भी कुछ माड़ी जी जानकारी दर्ज कर दे दे संगतां नूं। वाहिगुरू जी का खालसा वाहिगुरू जी फतेह। नवाब जस्सा सिंह आलू वालिया ते सरदार कबीर सिंह जी दियां समाधां बाबा अटालदास जी दी वैबसाइट ते ने। नवाब जस्सा सिंह आलू वालिया सुल्तानुल कौम जिन्हां नूं सब तो पहलां इहदा खिताब दित्ता गया, वह भी उन्होंने मन की अंतम इच्छा सी कि मेरा भी अंतम संस्कार जोड़ा बाबा अटालदास जी करना नवाब कबीर सिंह जी के लागे किया गया। इस करके बाबा नवाब सिंह जस्सा सिंह आलूवालिया की समाधि वो भी पिछले पासे संत उत्थे भी हर साल उन्हों का जन्म दिहाड़ा तो उन्होंने मतलब संस्कार वाले दिन वो दो सचखंड प्याना वो मनाते हैं। ठीक है, जे तुसीं साडा यूट्यूब चैनल अजे तक सबसक्राइब नहीं किया तो इस जरूर सबसक्राइब करो ता जो साड़ियां लेटेस्ट वीडियो शायरी इंटरव्यू तुहाडे तक सब तो पहला पहुँच सकन, ते नाल बैल आइकॉन नूं जरूर क्लिक करो। धन्यवाद।